ਮੇਰੇ ਨਾ ਪਿੱਤੇ 'ਚ ਪੱਥਰੀਆਂ ਸੀ, ਪ੍ਰੋਬਲਮ ਸੀ, ਅਤੇ ਮੈਨੂੰ ਇੱਥੇ ਫਿਰ ਮੇਰਾ ਫਰੈਂਡ ਸੀ, ਉਹਨਾਂ ਦੇ ਡਾਕਟਰ ਬਾਬਾ ਸੀਗੇ ਮਿਸਟਰ ਟੰਡਨ, ਡਾਕਟਰ ਟੰਡਨ, ਉਹਨਾਂ ਨੇ ਮੈਨੂੰ ਰੈਫਰ ਕੀਤਾ ਇੱਥੇ ਸਟਾਰ ਹੋਸਪਿਟਲ, ਅਤੇ ਮੇਰਾ ਓਪਰੇਸ਼ਨ ਕੀਤਾ, ਵਧੀਆ ਹੋ ਗਿਆ ਸਾਰਾ ਕੁਝ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਜਿੰਦਰ ਕੁਮਾਰ ਆ, ਮੈਂ ਫਿਲੀਪੀਨ ਤੋਂ ਆਇਆ। ਮੇਰੇ ਨਾ ਪਿੱਤੇ 'ਚ ਪੱਥਰੀਆਂ ਸੀ, ਪ੍ਰੋਬਲਮ ਸੀ, ਮੇਰੇ ਗੋਲਾ ਜਿਹਾ ਬਣਦਾ ਸੀ ਇੱਥੇ, ਮੈਂ ਚੈੱਕ ਕਰਾਇਆ, ਕਹਿੰਦੇ ਪੱਥਰੀਆਂ ਆ, ਪਿੱਤਾ ਭਰਿਆ ਹੋਇਆ। ਫਿਰ ਮੈਂ ਟੈਸਟ ਕਰਵਾਏ, ਅਤੇ ਕਾਫੀ ਪ੍ਰੋਬਲਮ ਦੱਸਤੀਆਂ ਮੈਨੂੰ, ਕਹਿੰਦੇ ਆਹ ਪ੍ਰੋਬਲਮ ਆ, ਕਿਡਨੀ ਪ੍ਰੋਬਲਮ ਹੈ, ਉਹ ਪ੍ਰੋਬਲਮ। ਮੈਂ ਗਿਆ ਜੀ, ਮੈਂ ਡਰ ਗਿਆ, ਮੈਂ ਕਿਹਾ ਮੈਂ ਕਿਸੇ ਹੋਰ ਡਾਕਟਰ ਕੋਲ ਚੈੱਕ ਕਰਵਾਇਆ, ਉੱਥੇ ਨੋਰਮਲ ਆਈਆਂ ਰਿਪੋਰਟਾਂ ਮੇਰੀਆਂ। ਫਿਰ ਮੈਂ, ਕਹਿੰਦੇ MRI ਕਰਾਉਣੀ ਆ, ਮੈਂ ਡਰ ਗਿਆ, ਮੈਂ ਕਿਹਾ ਮੈਂ ਇੱਥੇ ਨਹੀਂ ਟੈਸਟ ਕਰਾਉਣੇ, ਮੈਂ ਇੰਡੀਆ ਜਾ ਕੇ ਕਰਾਉਣੇ ਸਾਰੇ। ਅਤੇ ਮੈਨੂੰ ਇੱਥੇ ਫਿਰ ਮੇਰਾ ਫਰੈਂਡ ਸੀ, ਉਹਨਾਂ ਦੇ ਡਾਕਟਰ ਬਾਗਵ ਸੀਗੇ ਮਿਸਟਰ ਟੰਡਨ, ਡਾਕਟਰ ਟੰਡਨ, ਉਹਨਾਂ ਨੇ ਮੈਨੂੰ ਰੈਫਰ ਕੀਤਾ ਇੱਥੇ ਸਟਾਰ ਹੋਸਪਿਟਲ, ਅਤੇ ਇੱਥੇ ਡਾਕਟਰ ਸਾਹਿਬ ਮਿਲੇ, ਅਤੇ ਡਾਕਟਰ ਸਾਹਿਬ ਕਹਿੰਦੇ ਕਰਾਓ ਟੈਸਟ, ਕੀਤੇ, ਸਾਰਾ ਕੁਛ ਠੀਕ ਠਾਕ ਆਇਆ, ਮੇਰਾ ਨੋਰਮਲ ਆਇਆ ਇੱਥੇ, ਅਤੇ ਮੇਰਾ ਓਪਰੇਸ਼ਨ ਕੀਤਾ, ਵਧੀਆ ਹੋ ਗਿਆ ਸਾਰਾ ਕੁਛ ਠੀਕ ਠਾਕ। ਅਤੇ ਹੁਣ ਓਪਰੇਸ਼ਨ ਹੋ ਗਿਆ ਆ, ਅਤੇ ਜਿਹੜੇ ਟੰਕੇ ਛੋਟੇ ਛੋਟੇ ਉਹਨਾਂ ਨੇ ਲਾਏ ਆ, ਉਹਨਾਂ ਨੂੰ ਮਤਲਬ ਕਿ ਖੋਲ੍ਹਣ ਦੀ ਲੋੜ ਨਹੀਂ ਹੈਗੀ, ਅਤੇ ਉਹ ਬੱਚੇ ਘੁਲ ਜਾਂਦੇ ਨੇ, ਕੋਈ ਦਿੱਕਤ ਨਹੀਂ ਆਈ। ਬਹੁਤ ਵਧੀਆ ਸਟਾਫ ਆ ਇੱਥੇ, ਬਹੁਤ ਵਧੀਆ ਡਾਕਟਰ ਸਾਹਿਬ ਆ, ਬੜਾ